ਥਾਣਾ ਖਾਲੜਾ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ 15 ਗ੍ਰਾਮ ਹੈਰੋਨ ਅਤੇ ਇੱਕ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ। ਇਸ ਸਬੰਧੀ ਥਾਣਾ ਖਾਲੜਾ ਦੇ SHO ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਤੇ ਸਵਾਰ ਹੋ ਕੇ ਦੋ ਲੋਕ ਪਿੰਡ ਦੋਦੇ ਕਲਸੀਆਂ ਤੋਂ ਖਾਲੜਾ ਵਿਖੇ ਆ ਰਹੇ ਹਨ। ਜੇਕਰ ਹੁਣੇ ਹੀ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਉਹ ਚੋਰੀ ਦੇ ਮੋਟਰਸਾਈਕਲ ਅਤੇ ਹੈਰੋਨ ਸਮੇਤ ਕਾਬੂ ਆ ਸਕਦੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ASI ਨੇ ਉਨ੍ਹਾਂ ਦਾ ਹੁਲੀਆ ਸਮਝ ਕੇ ਉਸ ਥਾਂ ਤੇ ਨਾਕਾਬੰਦੀ ਕਰਕੇ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਹੀ ਦੋ ਮੋਨੇ ਨੌਜਵਾਨ ਮੋਟਰਸਾਈਕਲ ਹੀਰੋ ਹਾਂਡਾ ਤੇ ਸਵਾਰ ਹੋ ਕੇ ਪਿੰਡ ਦੋਦੇ ਵਾਲੀ ਸਾਈਡ ਤੋਂ ਆਏ, ਜਿਨ੍ਹਾਂ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਮੋਟਰਸਾਈਕਲ ਚਾਲਕ ਥੋੜਾ ਪਿੱਛੋਂ ਹੀ ਮੋਟਰਸਾਈਕਲ ਨੂੰ ਪਿੱਛੇ ਵੱਲ ਨੂੰ ਮੋੜਨ ਲੱਗਾ। ਇਸ ਤੋਂ ਬਾਅਦ ਮੋਟਰਸਾਈਕਲ ਸਲਿੱਪ ਹੋ ਕੇ ਡਿੱਗ ਗਿਆ, ਜਿਸ ਨੂੰ ASI ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂ ਹਰਪਾਲ ਸਿੰਘ, ਪੁੱਤਰ ਦਲਜਿੰਦਰ ਸਿੰਘ ਵਾਸੀ ਕੀਮਾ ਖੁਰਦ ਥਾਣਾ ਸਰਾਏ ਅਮਾਨ ਖਾਨ ਅਤੇ ਦੂਸਰੇ ਨੌਜਵਾਨ ਨੇ ਆਪਣਾ ਨਾਂ ਜੋਬਨਜੀਤ ਸਿੰਘ ਦੱਸਿਆ। ਪਾਰਟੀ ਏਸੀ ਭਵਨ ਸਮੇਤ ਪਿੰਡ ਦੋਦੇ ਕਲਸੀਆਂ ਨੂੰ ਜਾ ਰਹੇ ਸੀ ਤੇ ਰਸਤੇ ਵਿੱਚ ਇਹਨਾਂ ਨੇ ਮੁਖਬਰੀ ਮਿਲੀ ਕਿ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਮੁੰਡੇ ਆ ਰਹੇ ਜਿਹੜੇ ਕਿ ਚੋਰੀ ਦਾ ਕੰਮ ਕਰਦੇ ਆ। ਜਦੋਂ ਉਹਨਾਂ ਦੇ ਮੁਖਬਰੀ ਦੇ ਹਿਸਾਬ ਤੇ ਰੋਕ ਕੇ ਮੋਟਰਸਾਈਕਲ ਰੋਕਿਆ, ਰਾਊਡਅਪ ਕੀਤਾ, ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਆ, ਰਾਊਡਅਪ ਕੀਤੇ ਆ ਅਤੇ ਰਾਊਡਅਪ ਕਰਕੇ ਇਹਨਾਂ ਨੂੰ ਇਹਨਾਂ 'ਚੋਂ ਇੱਕ ਮੁੰਡੇ ਨੇ ਜਿਹੜਾ ਆਪਣੇ ਇੱਕ ਮੋਮੀ ਦਿਖਾਵਾ ਕੱਢ ਕੇ ਸੁੱਟਿਆ ਬਾਅਦ ਜਿਹਦੇ ਵਿੱਚੋਂ ਜਿਹਦੇ 'ਚ ਪੁੱਛਿਆ ਉਹਨੂੰ ਕੀ ਆ, ਫਿਰ ਇਹਨੂੰ ਫੜੀ ਅਤੇ ਇਹਨਾਂ ਦੱਸਿਆ ਕਿ ਇਹ 'ਚ ਹੀਰੋਇਨ ਆ, ਜੋ ਕਿ ਵਜਨ ਕਰਕੇ 15 ਗ੍ਰਾਮ ਹੀਰੋਇਨ ਬਰਾਮਦ ਹੋਈ। ਮੋਟਰਸਾਈਕਲ ਬਾਰੇ ਇਹਨੂੰ ਦੱਸਿਆ ਕਿ ਚੋਰੀ ਦਾ ਮੋਟਰਸਾਈਕਲ ਆ, ਜੋ ਕਿ ਹਰਪਾਲ ਸਿੰਘ ਨੇ ਚੋਰੀ ਕੀਤਾ। ਸਰ, ਇਹਨਾਂ ਦੀ ਪਛਾਣ ਕੀ ਹੋਈ ਹੈ? ਇਹਦੇ 'ਚ ਇੱਕ ਮੁੰਡਾ ਜੋਬਨਜੀਤ ਸਿੰਘ, ਜੋਬਨਜੀਤ ਪੁੱਤਰ ਹਰਪਾਲ ਸਿੰਘ ਖਾੜੇ ਦਾ ਰਹਿਣ ਵਾਲਾ, ਦੂਜਾ ਮੁੰਡਾ ਹਰਪਾਲ ਸਿੰਘ ਪੁੱਤਰ ਦਲਜਿੰਦਰ ਸਿੰਘ ਚੀਮੇ ਖੁਰਦ ਦਾ ਰਹਿਣ ਵਾਲਾ। ਅਤੇ ਸਰ, ਕੀ ਇਹਨਾਂ 'ਤੇ ਕੋਈ ਪਹਿਲਾਂ ਵੀ ਕੋਈ ਪਰਚਾ ਵਗੈਰਾ ਦਰਜ ਹੈ? ਇਹਨਾਂ 'ਤੇ ਹਰਪਾਲ 'ਤੇ ਪਹਿਲਾਂ ਵੀ ਚੋਰੀ ਦੇ ਪਰਚੇ ਦਰਜ ਆ, ਐਕਚੁਅਲ ਚੋਰੀ ਦਾ ਵਾ, ਅਤੇ ਜੋਬਨ 'ਤੇ ਪਰਚਾ ਨਹੀਂ ਦਰਜ ਪਹਿਲਾਂ। ਅਤੇ ਕੀ ਸਰ, ਇਹਨਾਂ ਦਾ ਰਿਮਾਂਡ ਵਗੈਰਾ ਲਿਆ ਜਾ ਰਿਹਾ? ਰਿਮਾਂਡ ਲਿਖਿਆ, ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਇਹਨਾਂ ਕੋਲ ਹੋਰ ਬਰਾਮਦ ਕੀਤੀ ਜਾਊਗੀ ਕੁਝ ਚੋਰੀ ਦੇ ਪਰਚੇ। ਫਿਲਹਾਲ ਪੁਲਿਸ ਨੇ ਦੋਵਾਂ ਨੌਜਵਾਨਾਂ ਖਿਲਾਫ NDPS ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰਕੋਟ ਤੋਂ ਸੰਦੀਪ ਕੁਮਾਰ, ਖਬਰ ਹਰਪਲ ਇੰਡੀਆ ਲਈ।